ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਚਾਤਰਾ ਦੇ ਦੌਰਾਨ ਭਾਈ ਮਰਤਾਨਾ ਜੀ ਨੂੰ ਬੜੀ ਭੁੱਖ ਪਿਆਸ ਤਾਨ ਲਗੀ ਉਹਨਾਂ ਨੇ ਗੁਰੂ ਜੀ ਵੱਲੋਂ ਬੇਨਤੀ ਕੀਤੀ ਕਿ ਮੈਨੂੰ ਕਿਸੇ ਨੇੜਲੇ ਪਿੰਡ ਵੱਲੋਂ ਜਾ ਭੋਜਨ ਸ਼ਕਨ ਦੀ ਆਗਿਆ ਦਿਓ ਤਦ ਗੁਰੂ ਸਾਹਿਬ ਕਹਿਣ ਲੱਗੇ ਭਾਈ ਮਰਤਾਨਾ ਜੀ ਅਸੀਂ ਆਪਣੇ ਖੇਤਰ ਵੱਲੋਂ ਅਜੇ ਕੁਝ ਬਹੁਤ ਜ਼ਿਆਦਾ ਦੂਰ ਨਹੀਂ ਆਏ ਹਾਂ ਇਸ ਲਈ ਸਾਰੇ ਲੋਕ ਸਾਨੂੰ ਜਾਣਦੇ ਹਨ ਤੁਸੀਂ ਗੁਆਰ ਦੇ ਕਿਸੇ ਪਿੰਡ ਵਿੱਚ ਜਾ ਕੇ ਕਹੋ ਕਿ ਮੈਂ ਗੁਰੂ ਨਾਨਕ ਦਾ ਚੇਲਾ ਹਾਂ ਉਹ ਮੇਰੇ ਨਾਲ ਹਨ ਅਸੀਂ ਹਰਦੁਆਰ ਵੱਲ ਜਾ ਰਹੇ ਹਾਂ ਸਾਨੂੰ ਭੋਜਨ ਚਾਹੀਦਾ ਹੈ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਪਿੰਡ ਵਿੱਚ ਪਹੁੰਚ ਕੀਤੀ ਅਤੇ ਲੋਕਾਂ ਵੱਲੋਂ ਅਨੁਰੋਧ ਕੀਤਾ ਕਿ ਉਹਨਾਂ ਨੂੰ ਛਕਣ ਵਾਸਤੇ ਭੋਜਨ ਦਿਓ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਹਨ ਕਾਤ ਕੀ ਸੀ ਪਿੰਡ ਦੇ ਸਾਰੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਕੇ ਭਾਈ ਮਰਤਾਨਾ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਅਤੇ ਬਹੁਤ ਪਿਆਰ ਸਤਕਾਰ ਨਾਲ ਉਹਨਾਂ ਨੂੰ ਭੋਜਨ ਸ਼ਿਕਾਇਆ ਅਤੇ ਵਾਪਸ ਉਪਰੰਤ ਵੱਡਮੁਲੀਆਂ ਵਸਤੂਆਂ ਦਾ ਉਪਹਾਰ ਸਰੂਪ ਭੇਟਾ ਵਿੱਚ ਦਿੱਤਾ ਇਹ ਸਭ ਵਸਤੂਆਂ ਅਤੇ ਵਸਤਰ ਇਕੱਠੇ ਕਰ ਇੱਕ ਭਾਰੀ ਬੋਝ ਦੇ ਰੂਪ ਵਿੱਚ ਚੱਕ ਪਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਦੇ ਹਨ ਅਤੇ ਕਹਿਣ ਲੱਗੇ ਗੁਰੂ ਸਾਹਿਬ ਤੁਹਾਡੇ ਆਦੇਸ਼ ਅਨੁਸਾਰ ਜਦ ਮੈਂ ਇੱਕ ਪਿੰਡ ਵਿੱਚ ਅਪੜਿਆ ਤਾਂ ਤੁਹਾਡਾ ਨਾਮ ਸੁਣ ਕੇ ਲੋਕ ਬੜੇ ਖੁਸ਼ ਹੋਏ ਉਹਨਾਂ ਮੇਰੀ ਬਹੁਤ ਆਦਰ ਸਤਕਾਰ ਕੀਤਾ ਅਤੇ ਵਾਪਸੀ ਉਪਰੰਤ ਕੁਝ ਵਸਤੂਆਂ ਭੇਟ ਕੀਤੀਆਂ ਤੇ ਤੁਹਾਡੇ ਵਾਸਤੇ ਭੇਜੀਆਂ ਹਨ ਇਹ ਸਭ ਸੁਣ ਕੇ ਗੁਰਦੇਵ ਸਾਹਿਬ ਮਨੋਮਨ ਮੁਸਕਰਾਣ ਲੱਗੇ ਅਤੇ ਕਹਿਣ ਲੱਗੇ ਮਰਦਾਨਾ ਜੀ ਤੁਸੀਂ ਦੱਸੋ ਅਸੀਂ ਇਹਨਾਂ ਵਸਤੂਆਂ ਦਾ ਕੀ ਕਰਾਂਗੇ ਜੇਕਰ ਵਸਤੂਆਂ ਨਾਲ ਹੀ ਸਾਨੂੰ ਇੰਨਾ ਮੋਹ ਹੁੰਦਾ ਤਾਂ ਅਸੀਂ ਮੋਦੀ ਖਾਨੇ ਦਾ ਤਿਆਗ ਕਿਉਂ ਕਰਦੇ ਕਿ ਉੱਥੇ ਸਾਨੂੰ ਕਿਸੇ ਵਸਤੂ ਦੀ ਕਮੀ ਸੀ ਮਰਦਾਨਾ ਜੀ ਕਹਿਣ ਲੱਗੇ ਤੁਸੀਂ ਠੀਕ ਕਹਿੰਦੇ ਹੋ ਗੁਰੂ ਸਾਹਿਬ ਮੈਂ ਭਟਕ ਗਿਆ ਸਾਂ ਮੈਨੂੰ ਮਾਫ਼ ਕਰੋ ਪਰ ਹੁਣ ਤੁਸੀਂ ਦੱਸੋ ਮੈਂ ਇਹਨਾਂ ਵਸਤੂਆਂ ਦਾ ਕੀ ਕਰਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹ ਵਸਤੂਆਂ ਇੱਥੇ ਹੀ ਤਿਆਗ ਦਿਓ ਭਾਈ ਮਰਦਾਨਾ ਜੀ ਕਹਿੰਦੇ ਹਨ ਉਹ ਤਾਂ ਠੀਕ ਹੈ ਪਰ ਮੈਂ ਇਹ ਸਾਹਸ ਕਿਵੇਂ ਕਰਾਂ ਇੰਨੇ ਪਿਆਰ ਨਾਲ ਭੇਟ ਕੀਤੀਆਂ ਏਡੀਆਂ ਅਮੁੱਲ ਵਸਤੂਆਂ ਮੈਂ ਕਿਵੇਂ ਇਸ ਤਰ੍ਹਾਂ ਹੀ ਸੁੱਟ ਦਿਆਂ ਕਿਵੇਂ ਇਸ ਤਰ੍ਹਾਂ ਹੀ ਅਜਾਏ ਜਾਣ ਦੇਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤਾਂ ਠੀਕ ਹੈ ਜੋ ਤੁਹਾਡੀ ਇੱਛਾ ਹੈ ਤੁਸੀਂ ਕਰੋ ਪਰ ਅਸੀਂ ਤਾਂ ਆਪਣੀ ਮੰਜ਼ਿਲ ਵੱਲ ਜਾਣਾ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਠੀਕ ਹੈ ਮੈਂ ਇਹਨਾਂ ਤੋਹਫਿਆਂ ਨੂੰ ਇਕੱਠੇ ਕਰ ਇੱਕ ਪੰਡ ਬੰਨ ਸਿਰ ਉੱਪਰ ਚੱਕ ਲੈਂਦਾ ਹਾਂ ਅਤੇ ਨਾਲ ਹੀ ਲਹਿ ਚੱਲਦੇ ਹਾਂ ਹੁਣ ਗੁਰੂ ਸਾਹਿਬ ਅੱਗੇ-ਅੱਗੇ ਚੱਲਦੇ ਹਨ ਤੇ ਭਾਈ ਮਰਦਾਨਾ ਜੀ ਉਹਨਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਸ਼ੁਰੂ ਕਰ ਦਿੰਦੇ ਹਨ ਅਜੇ ਕੁਝ ਹੀ ਪੰਡ ਅੱਗੇ ਚੱਲੇ ਸਨ ਭਾਈ ਮਰਤਾਨਾ ਜੀ ਭਾਰੀ ਬੋਝ ਕਰਨ ਥਕਾਨ ਮਹਿਸੂਸ ਕਰਨ ਲੱਗੇ ਅਤੇ ਕੁਝ ਕਦਮ ਪਿੱਛੇ ਰਹਿ ਗਏ ਜਿਸ ਕਾਰਨ ਉਹਨਾਂ ਨੇ ਗੁਰੂ ਸਾਹਿਬ ਨੂੰ ਰੁਕਣ ਵਾਸਤੇ ਆਵਾਜ਼ ਲਗਾਈ ਗੁਰੂ ਸਾਹਿਬ ਰੁਕ ਜਾਓ ਆਰਾਮ ਕਰ ਲੈਂਦੇ ਹਾਂ ਮੈਂ ਬੜਾ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਹਾਂ ਤਦ ਗੁਰੂ ਸਾਹਿਬ ਕਹਿਣ ਲੱਗੇ ਭਾਈ ਮਰਤਾਨਾ ਜੀ ਹੁਣ ਵੀ ਸਮਾਂ ਹੈ ਮੋਦ ਅਤਿਆਗ ਕਰੋ ਇਸ ਨੂੰ ਇੱਥੇ ਸੁੱਟ ਕੇ ਸਰਲਤਾ ਨਾਲ ਸਾਡੇ ਨਾਲ ਚਲੋ ਭਾਈ ਮਰਦਾਨਾ ਜੀ ਨੇ 부ਜੇ ਹੋਏ ਮਨ ਨਾਲ ਬੜੀ ਨਿਰਾਸ਼ਾ ਨਾਲ ਪੱਥਰ ਦੀਆਂ ਕੁਝ ਭਾਰੀਆਂ ਵਸਤੂਆਂ ਉਪਹਾਰਾਂ ਨੂੰ ਜ਼ਰੂਰਤਮੰਦਾਂ ਵਿੱਚ ਵੰਡ ਦਿੱਤਾ ਅਤੇ ਕੁਝ ਵਸਤਰ ਬਚਾ ਕੇ ਫਿਰ ਆਪਣੇ ਨਾਲ ਹੀ ਰੱਖ ਲਏ ਹੁਣ ਬੋਝ ਬਹੁਤ ਘੱਟ ਹੋ ਗਿਆ ਸੀ ਕੁਝ ਹਲਕਾ ਮਹਿਸੂਸ ਕਰ ਰਹੇ ਸਨ ਇਸ ਲਈ ਮਰਦਾਨਾ ਜੀ ਹੁਣ ਸਰਲਤਾ ਨਾਲ ਗੁਰੂ ਸਾਹਿਬ ਨਾਲ ਚੱਲਣ ਲੱਗੇ ਪਰ ਕੁਝ ਦੂਰੀ ਉੱਤੇ ਜਾਣ ਤੋਂ ਬਾਅਦ ਫਿਰ ਉਹੀ ਹਾਲਾਤ ਉਸੇ ਤਰ੍ਹਾਂ ਥਕਾਨ ਮਹਿਸੂਸ ਹੋਣ ਲੱਗੀ ਹੁਣ ਸਿਰ ਭਾਈ ਮਰਦਾਨਾ ਜੀ ਗੁਰੂ ਸਾਹਿਬ ਨਾਲੋਂ ਕੁਝ ਕਦਮ ਪਿੱਛੇ ਛੁੱਟ ਜਾਂਦੇ ਹਨ ਅਤੇ ਥੱਕੇ ਹੋਏ ਮਹਿਸੂਸ ਕਰਦੇ ਹਨ ਜਦੋਂ ਗੁਰੂ ਸਾਹਿਬ ਵੇਖਦੇ ਹਨ ਕਿ ਭਾਈ ਮਰਦਾਨਾ ਜੀ ਫਿਰ ਪਿੱਛੇ ਰਹਿ ਗਏ ਹਨ ਅਤੇ ਕੁਝ ਥੱਕੇ ਹੋਏ ਮਹਿਸੂਸ ਕਰ ਰਹੇ ਹਨ ਤਾਂ ਗੁਰੂ ਸਾਹਿਬ ਰੁਕਦੇ ਹਨ ਅਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਭਾਈ ਮਰਦਾਨਾ ਜੀ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤੁਸੀਂ ਨਹੀਂ ਮੰਨੇ ਇਹ ਬੋਝ त्याਗੋ ਇਹ ਮਾਇਆ ਜਾਲ ਹੈ ਜਦੋਂ ਤੱਕ ਇਸ ਨੂੰ ਤੁਸੀਂ ਨਹੀਂ त्यागੋਗੇ ਕਠਿਨਾਈਆਂ ਦਾ ਭਾਰ ਤੁਹਾਡੇ ਸਿਰ ਤੇ ਪਿਆ ਰਹੇਗਾ ਤੁਸੀਂ ਵਰਤ ਵਿੱਚ ਹੀ ਵਿਆਕੁਲ ਹੁੰਦੇ ਰਹੋਗੇ ਤਿਆਗ ਵਿੱਚ ਹੀ ਸੁੱਖ ਹੈ ਮਰਦਾਨਾ ਜੀ ਨੇ ਤਦ ਆਗਿਆ ਮੰਨ ਕੇ ਸਾਰੀਆਂ ਵਸਤੂਆਂ ਜ਼ਰੂਰਤਮੰਦਾ ਵਿੱਚ ਵੰਡ ਦਿੱਤੀਆਂ ਅਤੇ ਖਾਲੀ ਹੱਥ ਵਿੱਚ ਕੇਵਲ ਰਵਾਬ ਚੁੱਕ ਕੇ ਗੁਰੂ ਸਾਹਿਬ ਜੀ ਦੇ ਪਿੱਛੇ ਚੱਲ ਪਏ। ਹੁਣ ਉਹਨਾਂ ਦੇ ਸਾਹਮਣੇ ਭਾਰੀ ਪਰ ਕੰਬੋਚ ਦੀ ਥਕਾਨ ਦੀ ਸਮੱਸਿਆ ਨਹੀਂ ਸੀ। ਉਹ ਸਧਾਰਨ ਰੂਪ ਵਿੱਚ ਤੇਜ਼ ਰਫ਼ਤਾਰ ਨਾਲ ਚੱਲ ਰਹੇ ਸਨ। ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ ਮਰਦਾਨੇ ਵਾਸਤਵ ਵਿੱਚ ਇਹ ਸੰਸਾਰ ਇਸ ਮਾਇਆ ਦਾ ਬੋਝ ਸਿਰ ਉੱਤੇ ਬਿਨਾਂ ਕਾਰਨ ਚੁੱਕੇ ਘੁਮਰਿਆ ਹੈ ਜਿਸ ਕਾਰਨ ਉਹ ਕਦਮ ਕਦਮ ਉੱਤੇ ਥਕਾਨ ਦੇ ਕਾਰਨ ਵਿਆਕੁਲ ਹੁੰਦਾ ਹੈ ਪਰ ਉਹ ਮੋਹ ਵਸ ਹੋ ਉਸ ਦਾ ਤਿਆਗ ਵੀ ਨਹੀਂ ਕਰ ਪਾਉਂਦਾ ਅਤੇ ਜੀਵਨ ਦੇ ਸਫ਼ਰ ਦੀ ਖੁਸ਼ੀ ਵੀ ਨਹੀਂ ਲੈ ਪਾਉਂਦਾ ਵਾਸਤਵ ਵਿੱਚ ਖੁਸ਼ੀ ਤਾਂ ਮਾਇਆ ਮੋਹ ਦੇ ਜਾਲ ਨੂੰ ਤਿਆਗ ਵਿੱਚ ਹੀ ਹੈ ਹੁਣ ਮਰਤਾਨਾ ਜੀ ਕਹਿੰਦੇ ਹਨ ਤੁਸੀਂ ਠੀਕ ਕਹਿੰਦੇ ਹੋ ਗੁਰੂ ਸਾਹਿਬ ਮੈਂ ਪਟਕ ਗਿਆ ਹਾਂ ਤੁਸੀਂ ਕਿਰਪਾ ਕਰੇ ਤਾਂ ਮੈਂ ਸਭ ਸਮਝ ਜਾਵਾਂਗਾ ਪਰ ਇਹ ਦੱਸਣ ਦੀ ਕਿਰਪਾ ਕਰੋ ਕਿ ਬਿਨਾ ਮਾਇਆ ਦੇ ਗੁਜ਼ਾਰੇ ਕਿਵੇਂ ਸੰਭਵ ਹਨ ਗੁਰਨਾਨਕ ਤੇਜ ਜੀ ਸਮਝਾਉਂਦੇ ਹਨ ਮਰਦਾਨਾ ਜੀ ਤੁਸੀਂ ਗੱਲ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਮੇਰੇ ਕਹਿਣ ਦਾ ਮੰਤਵ ਪਾਵ ਇਹ ਹੈ ਕਿ ਵਿਅਕਤੀ ਆਪਣੀ ਲੋੜ ਅਨੁਸਾਰ ਹੀ ਮਾਇਆ ਦੀ ਵਰਤੋਂ ਕਰੇ ਮਾਇਆ ਨੂੰ ਸੰਗ੍ਰਹਿ ਕਰਨਾ ਇਕੱਠਾ ਕਰਨਾ ਉਸ ਦਾ ਗੁਲਾਮ ਬਣਨਾ ਹੈ ਜਿਵੇਂ ਕਿ ਤੁਸੀਂ ਬਿਨਾਂ ਲੋੜ ਤੋਂ ਵਸਤੂਆਂ ਸਿਰ ਉੱਤੇ ਝੁਕ ਲਈਆਂ ਸਨ ਜਦਕਿ ਤੁਸੀਂ ਲੋੜ ਅਨੁਸਾਰ ਨਵੇਂ ਵਸਤਰ ਧਾਰਨ ਕਰ ਲਏ ਸਨ ਅਤੇ ਉਸ ਦੇ ਇਲਾਵਾ ਬਾਕੀ ਦੀਆਂ ਸਭ ਪੇਟਾਂ ਉਸੇ ਪਿੰਡ ਵਿੱਚ ਹੀ ਤਿਆਗ ਕੇ ਚਲੇ ਜਾਣਾ ਚਾਹੀਦਾ ਸੀ ਨਵੇਂ ਵਸਤਰ ਧਾਰਨ ਕਰਨਾ ਇਹ ਤੁਹਾਡੀ ਲੋੜ ਸੀ ਪਰ ਇਹ ਬੋਝਾ ਤਾਂ ਕੇਵਲ ਲਾਲਚ ਦਾ ਸੀ ਤ੍ਰਿਸ਼ਨਾ ਦਾ ਸੀ ਦੁੱਖਾਂ ਦਾ ਸੀ ਜੋ ਕਿ ਤੁਸੀਂ ਆਪਣੇ ਸਿਰ ਉੱਪਰ ਚੁੱਕਿਆ ਹੋਇਆ ਸੀ ਹੁਣ ਮਰਤਾਨਾ ਜੀ ਬੜੀ ਸੰਤੁਸ਼ਟੀ ਨਾਲ ਕਹਿੰਦੇ ਹਨ ਗੁਰੂ ਜੀ ਹੁਣ ਮੈਂ ਜੀਵਨ ਦੇ ਰਹੱਸੇ ਨੂੰ ਤੁਹਾਡੀ ਕਿਰਪਾ ਵੱਲੋਂ ਸਮਝ ਰਿਹਾ ਹਾਂ ਤੁਸੀਂ ਇਸੇ ਪ੍ਰਕਾਰ ਸਮੇਂ-ਸਮੇਂ ਉੱਤੇ ਮੇਰਾ ਮਾਰਗ ਦਰਸ਼ਨ ਕਰਦੇ ਰਹੋ ਤੁਸੀਂ ਇਹ ਦੱਸੋ ਕਿ ਵਾਸਤਵ ਵਿੱਚ ਮਾਇਆ ਕੀ ਹੈ ਗੁਰੂ ਨਾਨਕ ਸਾਹਿਬ ਜੀ ਦੋ ਲਾਈਨਾਂ ਵਿੱਚ ਹੀ ਇਸ ਗੱਲ ਦਾ ਸਪਸ਼ਟਿਕਰਨ ਦਿੰਦੇ ਹਨ ਉਹ ਸਾਰੀਆਂ ਸੰਸਾਰਿਕ ਵਸਤੂਆਂ ਮਾਇਆ ਹੀ ਹਨ ਜਿਹਨਾਂ ਨੂੰ ਪਾਉਣ ਲਈ ਮਨ ਲਾਲਚਵਸ ਹੋ ਜਾਂਦਾ ਹੈ ਅਤੇ ਮੋਹ ਮਾਇਆ ਦੇ ਜਾਲ ਵਿੱਚ ਜਾ ਫਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ